ਚੀਫ ਜਸਟਿਸ ਆਫ ਪਾਕਿਸਤਾਨ ਵਾਟਰ ਕਮਿਸ਼ਨ ਦੀ ਕਾਰਕਰਦਗੀ ਤੋਂ ਖੁਸ਼। ਸੁਪਰੀਮ ਕੋਰਟ ਕਰਾਚੀ ਰਜਿਸਟਰੀ ਵਿੱਚ ਜਸਟਿਸ ਸਾਕਿਬ ਨਿਸਾਰ ਦੀ ਸਰਬਰਾਹੀ ਵਿੱਚ ਕੇਸ ਦੀ ਸਮਾਧ ਦੌਰਾਨ ਨਾਲਿਆਂ ਦੀ ਸਫਾਈ ਸੰਗੇ ਇੱਕ ਮਹੀਨੇ ਦੀ ਮੁਹਲਤ ਦਿੱਤੀ। ਮੇਅਰ ਕਰਾਚੀ ਵਸੀਮ ਅਖਤਰ ਆਦਨ ਨਾਲਿਆਂ ਦੀ ਸਫਾਈ ਸੰਗੇ ਪਲਾਨ ਤਸ਼ਕੀਲ ਦਿੱਤੇ। ਫਿਜ਼ਾਈ ਕੰਪਨੀਆਂ ਦੇ ਪਾਇਲਟਸ ਤੇ ਬੇਮੁਲਾਜ਼ਮੀਨ ਦੀਆਂ ਜਾਲੀ ਡਿਗਰੀਆਂ ਦੇ ਮਾਮਲੇ ਵਿੱਚ ਅਦਾਲਤਾਂ ਕੋਲ ਹੁਕਮ ਇਮਤਨਾਅ ਜਾਰੀ ਕਰਨ ਤੋਂ ਰੋਕ ਦਿੱਤਾ। ਇੰਸਦਾਦ ਦਹਿਸ਼ਤਗਰਦੀ ਅਦਾਲਤ ਸਾਬਕ SSP ਮਲੀ ਰਾਓ ਅਨਵਾਰ ਕੋ ਜੇਲ੍ਹ ਵਿੱਚ ਬੀ ਕਲਾਸ ਦੇਵਣ ਦੀ ਦਰਖਾਸਤ ਮਨਜ਼ੂਰ ਕਰ ਦਿੱਤੀ। ਘਰ ਕੋ ਸਬ ਜੇਲ ਕਰਾਰ ਦੇਵਣ ਦੇ ਹਵਾਲੇ ਨਾਲ ਸਿੰਧ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਵਰੇ। ਅਦਾਲਤ ਦੇ ਰਿਮਾਰਕਸ ਮਜ਼ੀਦ ਸਮਾਤ 14 ਜੂਨ ਤੱਕ ਮੁਲਤਵੀ। ਪਾਕ ਬਹਿਰੀਏ ਦੇ ਹੈਲੀਕਾਪਟਰ ਦਾ ਕਰਾਚੀ ਤੋਂ 230 ਕਿਲੋਮੀਟਰ ਪਰੇ ਖੁੱਲ੍ਹੇ ਸਮੁੰਦਰ ਵਿੱਚ ਆਪਰੇਸ਼ਨ। ਈਰਾਨ ਦੀ ਬੁੱਢੀ ਕਿਸ਼ਤੀ ਦੇ 11 ਅਰਕਾਨ ਦੇ ਮੁਸ਼ਤਮਿਲ ਅਮਲੇ ਕੋ ਬੁੱਢਣ ਤੋਂ ਬਚਾ ਗਿਆ। ਕਿਸ਼ਤੀ ਅਮਲੇ ਕੋ ਵਤਨ ਵਾਪਸੀ ਸੰਗੇ ਮੈਰੀਟਾਈਮ ਸਿਕਿਉਰਿਟੀ ਏਜੰਸੀ ਦੇ ਹਵਾਲੇ ਕਰਤਾ ਗਿਆ।